ਆਵੇਗਾ। ਮਹਾਰਾਜ ਕਹਿੰਦੇ ਨੇ ਖਗ ਖੰਡ ਬਿਹੰਡ ਖਲ ਦਲ ਖੰਡੰਗ ਯਤਰਨ ਬੰਡੰਗ ਪਰ ਬੰਡੰਗ ਕੁਝ ਦੰਡ ਅਖੰਡੰਗ ਜੋਗਿਯ ਮੰਡੰਗ ਪਾਨ ਪ੍ਰਭੰਗ ਸੁਖ ਸੰਤਾ ਸਰਨੰਗ ਤਿਲ ਵਿਕ ਹਰਨੰਗ ਨਾ ਸਰਨੰਗ ਜੈ ਜੈ ਜਗ ਕਾਰਨ ਸ੍ਰੀ ਜੋ ਭਾਰਨ ਮਮ ਪ੍ਰਤ ਪਾਲਨ ਜੈ ਦੇਵੰ ਸ੍ਰੀ ਜੈ ਦੇਵੰ। ਮੇਰਾ ਯਾਰ ਗੁਰੂ ਨਾਨਕ ਦਾ ਸਿੱਖ ਹੱਥ ਵਿੱਚ ਤਲਵਾਰ ਰੱਖੇਗਾ, ਤੁਸੀਂ ਉਹਨਾਂ ਦੀ ਲਾ ਦਿਓ। ਆਓ ਭਾਈ ਮਲਕੀਤ ਸਿੰਘ ਜੀ, ਸਮਾਂ ਤੇ ਸੀਮਤ ਜਿਹੀ ਹੈ, ਸਮੇਂ ਤੋਂ ਵੀ ਡਰ ਲੱਗਦਾ ਹੈ। ਤੁਹਾਡੀ ਕਿਰਪਾ ਨਾਲ ਖਲੋਤੇ ਹਾਂ। ਇਸ ਤਰ੍ਹਾਂ ਦੇ ਸਾਡੇ ਵੱਡੇ ਨੇ ਔਰ ਜਿਹੜੇ ਸਾਨੂੰ ਇਹੋ ਜਿਹੀ ਮਿਸਾਲ ਔਰ ਲੱਖਾਂ ਵਿੱਚ ਖਲੋਤਾ ਹੋਵੇ ਗੁਰੂ ਕਲਗੀਧਰ ਦਾ ਸੂਰਮਾ ਪਛਾਣਿਆ ਜਾਏਗਾ, ਪਛਾਣਨ ਦੀ ਲੋੜ ਹੀ ਨਹੀਂ ਪਏਗੀ। ਔਰ ਸ਼ੇਰ ਦਿਸੇਗਾ, ਸ਼ੇਰ ਜਿਵੇਂ ਜੰਗਲ ਦੇ ਵਿੱਚ ਸ਼ੇਰ ਨੂੰ ਪਾਤਸ਼ਾਹੀ ਮਿਲੀ ਹੈ। 84 ਲੱਖ ਜੂਨ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਪਾਤਸ਼ਾਹੀ ਦਿੱਤੀ। ਪਛਾਣ ਵੱਖਰੀ, ਰਹਿਣੀ ਵੱਖਰੀ, ਬਹਿਣੀ ਵੱਖਰੀ, ਇਸ ਦੀ ਕਹਿਣੀ ਵੱਖਰੀ। ਹਾਂ ਵੀ ਜੋਗੀਆ, ਸਤਿ ਸ਼੍ਰੀ ਅਕਾਲ।
ਕੌਣਾ ਜੋਟੀ ਦਾ ਚੋਣਾ ਝੋਟੀ ਦਾ ਤੇ ਘੁਲਣਾ ਲੰਗੋਟੀ ਦਾ। ਇਸ ਕਰਕੇ ਸਕੱਤਰ ਸਾਹਿਬ ਕਹਿ ਗਏ ਨੇ ਵੀ ਸਮਾਂ ਸਮਾਪਤ ਹੈ। ਮੈਂ ਕਿਹਾ ਇਹਦੇ ਲੱਗਣ ਤੋਂ ਪਹਿਲਾਂ ਹੀ ਪਤਾ ਸੀ, ਲਿਹਾਜ ਕਰਨਾ ਹੀ ਨਹੀਂ ਸਮੇਂ ਨੇ ਕਿਸੇ ਦਾ, ਅਸੀਂ ਤੇ ਆਏ ਹੀ ਹੁਕਮ ਮੰਨਣਿਆ ਤੁਹਾਡਾ। ਬਾਬਾ ਸਰਦਾਰਾ ਸਿੰਘ ਜੀ ਦੀ ਬਰਸੀ, ਉਹਨਾਂ ਦਾ ਦਿਨ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਨਾਲ ਮਨਾਇਆ ਜਾਂਦਾ ਹੈ। ਉਹਨਾਂ ਦੇ ਨਾਂ ਉੱਤੋਂ ਬਹੁਤ ਸਾਰਾ ਮਾਨ ਗੁਰੂ ਦੀ ਸੰਗਤ ਵੱਲੋਂ ਆਇਆ ਹੈ। ਗੁਰੂ ਨਾਨਕ ਸਾਹਿਬ ਤੁਹਾਡੇ ਦਸਾਂ ਨਵਾਂ ਦੀ ਕਿਰਤ ਕਮਾਈ ਵਿੱਚ ਵਾਧੇ ਪਾਉਣ, ਔਰ ਇਹਨਾਂ ਮਹਾਂਪੁਰਖਾਂ ਦੀ ਤੁਸੀਂ ਇਸ ਤਰ੍ਹਾਂ ਬਰਸੀ ਉਹਨਾਂ ਦੇ ਦਿਨ ਤੁਸੀਂ ਮਨਾਉਂਦੇ ਰਹੋ। ਹੋਈਆਂ ਭੁੱਲਾਂ ਦੀ ਤੁਸੀਂ ਸਾਨੂੰ ਮਾਫ਼ੀ ਦੇ ਦਿਓ, ਕਿਉਂਕਿ ਜਦੋਂ ਸੁਹਾਗਾ ਫੇਰੀਦਾ ਨਾ ਕਈ ਵਾਰੀ ਵਾਧਾ ਘਾਟਾ ਹੋ ਜਾਂਦਾ ਹੈ, ਕਿਉਂਕਿ ਸਮਾਂ ਹੀ ਕਸਵੱਟੀ, ਇਹਨਾਂ ਕਸਵੱਟੀ ਲਾਉਣ ਵਾਸਤੇ ਹੀ ਇਹ ਸਮਾਂ ਸਾਨੂੰ ਰੱਖਦੇ ਨੇ ਹਰ ਸਾਲ। ਮੈਂ ਕਿਹਾ ਕਿੰਨੇ ਕੁ ਸਾਲ ਰੱਖੋਗੇ, ਲੱਗ ਜਾਏਗਾ ਪਤਾ। ਮੈਂ ਕਿਹਾ ਬੀਬੀਆਂ ਦਾ ਜਥਾ ਇੰਟਰਨੈਸ਼ਨਲ, ਉਹਨਾਂ ਨੂੰ ਕਿਤੇ ਲਾ ਲਓ, ਇਹ ਉਹਨਾਂ ਨੇ ਕੱਲ੍ਹ ਦਾ ਹੀ ਆਖਿਆ ਸੀ ਟਾਈਮ ਸਿਰ ਜਾਣਾ ਹੈ। ਮੈਂ ਕਿਹਾ ਸਾਡਾ ਹੀ ਟਾਈਮ ਕੋਈ ਨਹੀਂ ਜਾਣਦਾ, ਕਿ ਆਹਾਂ ਹੀ ਰਹਿਣਾ, ਬਾਕੀ ਸਾਰਿਆਂ ਤੁਰ ਤਰ ਜਾਣਾ। ਤੋ ਸੱਜਣ ਜਨੋ, ਗੁਰੂ ਰਹਿਮਤ ਕਰੇ ਸਾਡੇ ਉੱਤੇ, ਬਖਸ਼ਿਸ਼ ਕਰੇ, ਉਹ ਆਨੰਦ ਹੁੰਦਾ ਹੈ, ਤੁਹਾਡੇ ਅੰਦਰ ਹੀ ਆਨੰਦ ਹੈ। ਭਾਵੇਂ ਸਵੇਰ ਹੋਵੇ, ਭਾਵੇਂ ਸ਼ਾਮ ਹੋਵੇ, ਭਾਵੇਂ ਦੁਪਹਿਰ ਹੋਵੇ, ਅਸੀਂ ਤਾਂ ਚੌਂਕੀਦਾਰ ਹਾਂ, ਹੋਕਾ ਹੀ ਦੇਣਾ ਹੈ। ਜਦੋਂ ਵੀ ਟਾਈਮ ਮਿਲ ਗਿਆ ਉਦੋਂ ਹੀ ਹੋਕਾ ਦੇ ਦੇਣਾ, ਕੋਈ ਕਿਲਾ ਨਹੀਂ ਕਿਸੇ ਉੱਤੇ, ਕੋਈ ਇਤਰਾਜ਼ ਨਹੀਂ ਕਿਸੇ ਉੱਤੇ। ਮੈਂ ਤਾਂ ਬਾਬਾ ਮੋਹਨ ਸਿੰਘ ਜੀ ਹੋਣਾ ਦਾ ਮੇਰੇ ਜਿੰਨਾ ਚਿਰ ਸਵਾਸ ਰਹਿਣਗੇ, ਬਾਬਾ ਨਰਿੰਦਰ ਸਿੰਘ ਜੀ, ਬ੍ਰਹਮ ਗਿਆਨੀ ਬਾਬਾ ਬਲਵਿੰਦਰ ਸਿੰਘ ਜੀ, ਮੈਂ ਉਹਨਾਂ ਦਾ ਸ਼ੁਕਰ ਗੁਜ਼ਾਰ ਰਹਾਂਗਾ। ਮੇਰਾ ਇੱਕ ਇੱਕ ਸਵਾਸ ਉਹਨਾਂ ਦੀ ਯਾਦ ਵਿੱਚ ਰਹੇਗਾ, ਜਿਨ੍ਹਾਂ ਨੇ ਆਹ ਰੱਬ ਵਰਗੀਆਂ ਰੂਹਾਂ ਦੇ ਮੈਨੂੰ ਦਰਸ਼ਨ ਕਰਵਾਏ। ਮੇਰੇ ਵਰਗੇ ਬੰਦੇ ਨੂੰ ਤੇ 5 ਰੁਪਏ ਦਿਹਾੜੀ ਨਹੀਂ ਕੋ ਫੜਦਾ, ਜਿੰਨੇ ਕੌਗਣ ਮੇਰੇ ਵਿੱਚ ਨੇ, ਇਹ ਉਹਨਾਂ ਨੇ ਕਿਰਪਾ ਕਰਕੇ ਤੁਹਾਡੇ ਸਾਧ ਸੰਗਤ ਦੇ ਦਰਸ਼ਨ ਕਰਾਏ। ਦੂਰ ਦਰਾਡ ਤੋਂ ਆਈ ਹੋਈ ਸਾਰੀ ਸਾਧ ਸੰਗਤ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ। ਅਗਲਾ ਪ੍ਰੋਗਰਾਮ ਜਿਹੜਾ ਉਹ ਸਕੱਤਰ ਸਾਹਿਬ ਜੀ, ਸਰਦਾਰ ਆਤਮਾ ਸਿੰਘ ਜੀ ਕੈਪਟਨ ਸਾਹਿਬ, ਉਹ ਵੀ ਅਸਾਂ ਹੀ ਪੜ੍ਹਨਾ। ਇਸ ਤਰ੍ਹਾਂ ਵੀ ਤੁਸੀਂ ਹੁਣ ਸਾਡਾ ਸਾਥ ਆ ਜੇ, ਮਾਈਓ ਬੀਬੀਓ ਰਲ ਕੇ ਸਾਰਿਆਂ ਦੀ ਹਾਜ਼ਰੀ ਲੱਗ ਜਾਏਗੀ ਮੇਲੇ ਵਿੱਚ, ਆਨੰਦ ਸਾਹਿਬ ਦਾ ਪਾਠ ਹੋਣ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ।